ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਜੋ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨ ਅੱਜ ਜ਼ਿੰਦਗੀ ਚ ਪਹਿਲੀ ਬ੍ਰਹਮ ਹੋਏ। ਮਹਾਰਾਜ ਦੀ ਪਾਰ ਕਿਰਪਾ ਹੋਈ ਤੇ ਸਾਨੂੰ ਤੁਹਾਡੀ ਗੱਲ ਨਹੀਂ ਹੋ ਸਕਦੀ ਮੇਰੇ ਘਰ ਚ ਜਿਨ੍ਹਾਂ ਨੇ ਸਮਾਂ ਕੋਸ਼ਿਸ਼ ਹੋਇਆ ਹੈ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਹੁਕਮ ਹੋਏ ਨੇ ਉਹਨੇ ਸ਼ਬਦ ਸ਼ਾਇਰ ਕਰੀਏ ਪਰ ਵਿੱਚ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜ਼ਿਆਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਿਛਾਰੀ ਹੋਏ ਬਾਣੀ ਆਪਾਂ ਗਾਇਨ ਕਰੀਏ। ਆਸ ਕਰਦੇ ਹਾਂ ਆਪ ਇਸੇ ਤਰ੍ਹਾਂ ਹੀ ਬੜੇ ਪਿਆਰ ਨਾਲ ਬੈਠ ਕੇ ਕੀਰਤਨ ਸਰਵਣ ਕਰੋਗੇ। ਅਭੀ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਨਾਲ ਨਾਲ ਗਾਉਂਦੇ ਹੁੰਦੇ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ ਹੈ ਪਾਤਸ਼ਾਹ ਜੀ ਰਹਿਮ ਦੇ ਨਾਲ। ਆਓ ਸਭ ਤੋਂ ਪਹਿਲੇ ਕੁਛ ਸ਼ਬਦਾਂ ਦੇ ਹੁੰਦੇ ਹਨ। ਸਭ ਤੋਂ ਪਹਿਲੇ ਬੰਦੇ ਖੋਜ ਦੇ ਹੁੰਦੇ ਹਰ ਰੋਜ਼ ਨਾ ਫਿਰ ਪਰੇਸ਼ਾਨੀ ਨਾ ਵਾਹਿਗੁਰੂ ਜੀ
Thank you.
Thank you.
ਉਹ ਗੱਲ ਚੱਲੀ ਭਿਖਾਰੀ ਤੇ ਰਾਜ ਕਰਾਵੇ ਰਾਜਾ ਵੀ ਭਿਖਾਰੀ Thank you.
राजा ते भिखारी Thank you.
ਮੇਰੇ ਸਰਦਾਰੀ ਮਨੀਰ ਜੀ ਹਰਮੇਰ ਸਿੰਘ ਜੀ ਖਾਲਸਾ ਮੈਂ ਮੇਰੇ ਹਰਪ੍ਰੀਤ ਨੂੰ ਕੀ ਕੋਈ ਬਾਤ ਸੁਣਾਵਾ ਹੈ ਸੋ ਭਾਈ ਸੋ ਮੇਰਾ ਵੀਰ ਮੈਂ ਸੰਗਤ 'ਚ ਮਾਫ਼ੀ ਮੰਗ ਲਈ ਕਿਉਂਕਿ ਆਪ ਨੂੰ ਪਰਸੋਂ ਸੁਣਾਉਣਾ ਨਹੀਂ ਚਾਹੁੰਦਾ ਉਹਦਾ ਕਾਰਨ ਕਿ ਹਮ ਉੱਚੇ ਸ਼ਬਦ ਸ਼ੁਰੂ ਕਰ ਰਹੇ ਨੇ ਥੋੜ੍ਹਾ ਪਲੀਜ਼ ਕੀ ਹੁੰਦਾ ਆਪਾਂ ਤਾਂ ਇਕੱਠੇ ਹੀ ਹਾਂ ਚਾਰ ਦਿਨ ਸੋ ਜਵਾਬ ਮੰਗਦੇ ਆਪਣੇ ਸਾਰੇ ਰਲ ਕੇ ਸਾਥ ਸਾਥ ਸਿਮਰੋ ਗੁਰੂ ਜੀ ਮਨ ਅੰਤਰ ਕੀ ਉਤਰੇ ਸਵੇਰ ਵਾਹਿਗੁਰੂ ਵਾਹਿਗੁਰੂ
बोले सोनहार सिया
कृष्णा बोलता है आदि सारे तो जमा मंगता हाँ बोलते हैं कीर्तन करते हैं बाणी पढ़ते हैं अनेक प्रकार की हुई पंजाब जी ने क्षमा को शिष्य भी अरदास करने वाला समस्त शिष्य अवसर ग्रहण से भी ग्रहण करी उपरत समाप्त राम कई भला की जाए भरत ओंकार सत्सारानंद भया मिलवा Yeah.
एक ओंकार से वाहेगुरु पते श्री भक्ति सहाय श्री पद की पाक्षी दसवीं प्रथम प्रति स्मृत गुरुनाथ्याय श्री हर कृष्ण सहाय दसवें पातशाह साहब श्री गोविंद सिंह जी महाराज पंथ दे वाली अमृत के दाते सब थाई हुए सहाय दसां पातशाहीं दी आत्मिक जोत श्री गुरु ग्रंथ साहिब पाठदार दा ध्यान धर के बोलो जी पंजा प्यारियां चों सिरदादियां चालियां मुक्तियां हठियां जपियां तपियां जिन्हां नाम जपिया बण के छकिया देख चलाई देवारी देख त्याग कीता तां प्यारियां ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀਸ ਦਿੱਤੇ ਬੰਦ ਬੰਦ ਕਟਾਏ ਕੋਠੀਆਂ ਖਲਾ ਹੋਈਆਂ ਚੱਕੜੀਆਂ ਕੇਕੜੇ ਆਰਿਆਂ ਨਾਲ ਜੀਰੇ ਦਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਮਾਰਿਆ ਸਿੱਖੀ ਕੇਸਾਂ ਸਵਸਨ ਨਿਵਾਰੇ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾ ਤਖਤਾਂ ਸਰਬੱਤੀ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਰਸ ਮੈਂ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਾ ਜਿਤਿਆਵਨ ਕਾ ਸਤਿਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਇਤ ਦੇਗ ਦੇਗ ਫਤਿਹ ਗਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਗੁਰ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਹੁੰਗੇ ਜਿਕਾ ਜੁਗਿਆ ਕਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾਝ ਉੱਚੇ ਮਤ ਪਤ ਦੇ ਰੱਖੇ ਆਪ ਵਾਹਿ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਕਰਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਤ ਤੇ ਸੇਵਾ ਸੰਭਾਲਣ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਹੇ ਨਿਮਾਣਿਆ ਦੇ ਮਾਂ ਨਿਤਾਣਿਆ ਦੇ ਤਾਂ ਨਿਉਕਿਆਂ ਦੇ ਓ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਮਹਾਨ ਪਵਿੱਤਰ ਸੱਚਖੰਡ ਅਸਥਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਨ ਕਿਰਪਾਲਤਾ ਕੀਤੀ ਹੈ ਸੰਧਿਆ ਵੇਲੇ ਤੋਂ ਲੈ ਕਰਕੇ ਇਸ ਤੱਕ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦਿਵਾਨੰਦ ਰਾਮ ਜੀ ਪਵਿੱਤਰ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ
ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੇ ਮਾਫ਼ੀ ਬਖਸ਼ਣੀ, ਅਗੋਂ ਵਾਸਤੇ ਸਮਾਤ ਬਖਸ਼ਿਸ਼ ਕਰਨੀ, ਗੁਰਬਾਣੀ ਦਾ ਭਾਵ ਦਰਕਰ ਆਏ ਸਮੂਹ ਸੰਗਤਾਂ ਦੇ ਹਿਰਦਿਆਂ ਪਸਾਉਣਾ, ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਸਿੱਖੇ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਕਾਦਰਾਸ ਕਰਨੇ ਸਮੂਹ ਸੰਗਤਾਂ ਦੇ ਸੀਸ ਤੇ ਆਪਣਾ ਹੀ ਘਰ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਦੀ ਕੀਰਤਨਾ ਬਾਣੀ ਦਾ ਆਸਰਾ ਲੈਂਦਿਆਂ ਹੋਇਆਂ ਆਪ ਜੀ ਦੇ ਦਰ ਕਰਦੇ ਸੇਵਕ ਭਾਈ ਹਰਭਜਨ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਭਾਈ ਮਨੋਹਰ ਸਿੰਘ ਜੀ ਸਾਰੇ ਅਨੰਤਕਾਰ ਦੀ ਪਿੱਛੇ ਮੁੱਖ ਰੱਖਦਿਆਂ ਹੋਇਆਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਿਵਾਰ ਚਰਨ ਕਿਰਪਾ ਕਰਨੀ ਸਤਿਗੁਰੂ ਜੀਓ ਜੋ ਜੋ ਭਾਵਨਾ ਮੁੱਖ ਰੱਖਦਿਆਂ ਹੋਇਆਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਮ ਪਰਵਾਇਤਨਾ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰ ਰਾਸ ਕਰਨੀ ਸਹਿਤ ਪਰਿਵਾਰਾਂ ਦੀ ਸੀਸ ਤੇ ਆਪਣਾ ਵੀਰ ਪਤਕਣਾ ਪਾਠੀ ਸਿੰਘ ਸਿੰਘਣੀਆਂ ਨੂੰ ਸੁਖਬਾਣੇ ਪਰ ਸਮਰੱਥਾ ਬਾਲ ਬੱਤੀ ਬਖਸ਼ਿਸ਼ ਕਰਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਦੇ ਪਵਿੱਤਰ ਚਰਨਾਂ ਕਮਾਂ ਦਾ ਹੁਕ ਆਸਰਾ ਲੈਂਦਿਆਂ ਹੋਇਆਂ ਆਪ ਦਰ ਕਰਦੇ ਸੇਵਕ ਆਪ ਦਰ ਕਰਦੇ ਕੀਰਤਨੀ ਹੈ ਭਾਈ ਨਿਰਮਲ ਸਿੰਘ ਜੀ ਸਮੇਤ ਜਿੱਥੇ ਆਪ ਦਰ ਕਰਦੀ ਹਾਲੀ ਭਰ ਰਹੇ ਹਨ ਸਾਰੀ ਕਿਰਪਾ ਕਰਨੀ ਸੀਸ ਤੇ ਆਪਣਾ ਮਿਹਰ ਪ੍ਰਤ ਰੱਖਣਾ ਇਸੇ ਤਰ੍ਹਾਂ ਹੀ ਗੁਰੂ ਸੰਗੀਤ ਰਾਹੀਂ ਪੰਜ ਕੌਮ ਦੀ ਸੇਵਾ ਕਰਨ ਦਾ ਬਲ ਪ੍ਰਦਾਨ ਕਰਨਾ ਸਹਿਤ ਪਰਿਵਾਰਾਂ ਦੇ ਸੀਸ ਤੇ ਆਪਣਾ ਮਿਹਰ ਪ੍ਰਤ ਰੱਖਣਾ ਦਰਮ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਹਰ ਪ੍ਰਕਾਰ ਦੀ ਰੱਖਿਆ ਸਹਿਤਾ ਬਖਸ਼ਿਸ਼ ਕਰਨੀ ਸਮਝਿਆ ਦਰ ਕਰਦੇ ਸੇਵਕ ਭਾਈ ਰਮੇਸ਼ ਸਿੰਘ ਜੀ ਖਾਲਸਾ ਪਾਤਸ਼ਾਹ ਦੇ ਦਰ ਦੀ ਹਾਜ਼ਰੀ ਭਰ ਰਹੇ ਹਨ ਹੋਰ ਬੇਅੰਤ ਗੁਰੂ ਪ੍ਰੇਮੀ ਸੰਗਤਾਂ ਪਾਤਸ਼ਾਹ ਜੀਓ ਗੁਰੂ ਸਮਾਗਮ ਕੇ ਹਾਜ਼ਰੀਆਂ ਭਾਈ ਕਿਰਪਾ ਕਰਨੀ ਸਰਬੱਤੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਸਤਿਗੁਰੂ ਜੀਓ ਆਪ ਜੀ ਦਰ ਕਰਦੇ ਸੇਵਕ ਭਾਈ ਭਗਵਾਨ ਸਿੰਘ ਜੀ ਸਹਿਤ ਪਰਿਵਾਰ ਦਾਸ ਬੇਨਤੀ ਕਰਦੇ ਹਨ ਦੇਹ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਭਾਈ ਹਰਜਿੰਦਰ ਸਿੰਘ ਜੀ ਦਾਸ ਬੇਨਤੀ ਪਰਿਵਾਰ ਮੁਸ਼ਕਲਾਂ ਸਾਂਝ ਕਰਨੀਆਂ ਭਾਈ ਸ਼ਹਿਦੇਵ ਕੁਮਾਰ ਜੀ ਨੂੰ ਦਾਸ ਬੇਨਤੀ ਹੈ ਇਹਨਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਭਾਈ ਤਰਨਜੀਤ ਸਿੰਘ ਜੀ, ਹਰਿੰਦਰ ਸਿੰਘ ਜੀ, ਗੁਰਵੀਰ ਸਿੰਘ ਜੀ ਦਾਸ ਬੇਨਤੀ ਕਰਵਾ ਰਹੇ ਹਨ ਸੁੱਖ ਸ਼ਾਂਤੀ ਦੇਹ ਅਰੋਗਤਾ ਬਖਸ਼ਿਸ਼ ਕਰਨੀ ਭਾਈ ਜਗਿੰਦਰ ਸਿੰਘ ਜੀ, ਪ੍ਰਤਾਪ ਸਿੰਘ ਦਾਸ ਬੇਨਤੀ ਕਰਵਾ ਰਹੇ ਹਨ ਮੁਸ਼ਕਲਾਂ ਸਾਂਝ ਕਰਨੀਆਂ ਦੇਹ ਅਰੋਗਤਾ ਬਖਸ਼ਿਸ਼ ਕਰਨੀ ਭਾਈ ਕਰਤਾ ਲਾਲ ਜੀ ਦਾਸ ਬੇਨਤੀ ਕਰਵਾ ਰਹੇ ਹਨ ਪਾਤਸ਼ਾਹ ਕਿਰਪਾ ਕਰਨੀ ਸੀਸ ਤੇ ਆਪਣਾ ਮਿਹਰ ਪ੍ਰਗਟ ਰੱਖਣਾ ਅੰਗ ਸੰਗ ਹੋਕੀਆਂ ਸਿੰਘ ਸਹਾਈ ਹੋਣਾ ਸਮਝਿਆ ਆਪ ਜੀ ਦੇ ਹਜ਼ੂਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪਰਛਾਈ ਦੇਖ ਸਕੇ ਹਾਜ਼ਰ ਹੈ ਦਰ ਪਰਿਵਾਰ ਹੋਏ ਪਰਿਵਾਰ ਹੋਇਆ ਪ੍ਰਸ਼ਾਦ ਸੰਤਾਂ ਦੀ ਆਗਿਆ ਬਖਸ਼ੋ ਜੀ ਜਿੰਨਾ ਜਿੰਨਾ ਗੁਰੂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਤਿੰਨਾਂ ਦੀ ਅਰਦਾਸ ਸਮੂਹ ਸੰਗਤਾਂ ਅਰਦਾਸ ਆਪਣੇ ਦਰਗਾਹ ਵਿਖੇ ਪ੍ਰਵਾਨ ਕਰਨੀ ਕਿਰਪਾ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਣੇ ਪਵਿੱਤਰ ਫਰਮਾਨ ਬਖਸ਼ੋ ਜੀ ਸਹੀ ਪਿਆਰੇ ਗੁਰਮੁਖ ਮਿਲਣੇ ਜਿਨ੍ਹਾਂ ਗਿਆ ਆਪ ਜੀ ਦਾ ਨਾਮ ਜਿਤਿਆਸ ਕੋਈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਏ ਅਕਾਲ ਕੇ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਵਚ ਹੈ ਮਿਲਾਂਗੇ ਪਾਰ ਹੋਏ ਸਭ ਮਿਲਾਂਗੇ।
सुकिया धन उस जनवा
ਇਸ ਬਲਿਹਾਰੀ ਵਾਹਿਗੁਰੂ ਜੀ ਕੀ ਫਤਿਹ ਜੋ ਸੰਗਤਾਂ ਨੂੰ ਰਸਮੇ ਕੀਰਤਨ ਰਾਹੀਂ ਨਿਹਾਲ ਕੀਤਾ ਹੈ, ਸੰਗਤਾਂ ਵੱਲੋਂ ਅਰਦਾਸ ਭੇਜਦੀ ਗੁਰੂ ਪਾਤਸ਼ਾਹ ਦੇ ਨਾਮ ਕਿਸੇ ਤਰ੍ਹਾਂ ਚੜ੍ਹਦੀ ਕਲਾਮ ਬਖਸ਼ਿਸ਼ ਕਰਨ, ਜੋ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸਾਡੇ ਕੋਲ ਕੋ ਅਲਫਾਜ਼ ਨਹੀਂ ਸ਼ਬਦ ਜਿਨ੍ਹਾਂ ਦੇ ਨਾਲ ਅਸੀਂ ਭਾਈ ਸਾਹਿਬ ਉਹਨਾਂ ਦਾ ਧੰਨਵਾਦ ਕਰ ਸਕੀਏ, ਕਿਉਂਕਿ ਬਹੁਤ ਦੂਰ ਦੁਰਾਡੇ ਦੇਸ਼ਾਂ ਦੇ ਵਿੱਚੋਂ ਪ੍ਰਚਾਰ ਕਰਕੇ ਆਏ ਹਨ। ਲੇਕਿਨ ਮੈਂ ਸਾਸ ਨੂੰ ਇੱਥੇ ਵੀ ਬੇਨਤੀ ਕਰਦਾ ਜਾਵਾਂ, ਜਿੱਥੇ ਵੀ ਕੋਈ ਬੈਠਾ ਹੈ, ਗੁਰੂ ਨਾਨਕ ਨਾਮ ਲੇਵਾ ਗੁਰੂ ਕਾ ਸਿੱਖ, ਹਾਂ ਇੰਗਲੈਂਡ ਦੀ ਧਰਤੀ 'ਤੇ ਹੈ, ਕੈਨੇਡਾ ਦੀ, ਅਮਰੀਕਾ ਦੀ, ਪਾਕਿਸਤਾਨ ਜਾਂ ਇੰਡੀਆ, ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰੂ ਕਾ ਸਿੱਖ ਬੈਠਾ ਹੈ, ਉਸਦੇ ਮਨ ਦੀ ਮਿਸ਼ਨ, ਉਸਦੇ ਮਨ ਦੀ ਕਾਮ ਇਹ ਲਾਜ਼ਮੀ ਹੁੰਦੀ ਹੈ। ਉਹ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜ਼ਰੂਰੀ ਅਰਦਾਸ ਵੀ ਨਿਯੋਜਿਤ ਕਰਦਾ ਰਹਿੰਦਾ ਹੈ ਕਿ ਦਾਤਾ ਕਿਰਪਾ ਕਰ ਮੈਨੂੰ ਵੀ ਕਿੱਥੇ ਨਨਕਾਣਾ ਸਾਹਿਬ ਦੀ ਜੋ ਚਰਨ ਧੂੜ ਹੈ ਉਹ ਵੀ ਮੈਨੂੰ ਮੇਰੇ ਮਸਤਕ 'ਤੇ ਲਾਉਣ ਦਾ ਜੋ ਹੈ ਮੈਨੂੰ ਸੁਭਾਗ ਸਮਾਂ ਪ੍ਰਾਪਤ ਕਰ। ਔਰ ਜਦੋਂ ਹਿਰਦੇ ਤੋਂ ਇਹ ਅਰਦਾਸ ਨਿਕਲਦੀ ਹੈ ਸਤਸੰਗ ਜੀ, ਇਹ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਗੁਰੂ ਪਾਤਸ਼ਾਹ ਤੁਰਦੇ ਹਨ, ਉਹਦੇ ਵਿੱਚ ਕੋਈ ਨਾ ਕੋਈ ਵਸੀਲਾ ਬਣ ਜਾਂਦਾ ਹੈ, ਕੋਈ ਵਿਚਕਾਰ ਕੋਈ ਹੋਰ ਕੁਛ ਸਿਖਾ ਜਾਂਦਾ ਹੈ, ਔਰ ਉਹ ਦਰਸ਼ਨ ਜਿਹੜੇ ਹਨ ਉਹ ਨਸੀਬ ਭਾਗਾਂ ਦੇ ਵਿੱਚ ਲਿਖੇ ਜਾਂਦੇ ਹਨ। ਸੋ ਮੈਂ ਸਮਝਦਾ ਕਿ ਜਿੱਥੇ ਅੱਜ ਭਾਈ ਸਾਹਿਬ ਦੇ ਜੱਥੇ ਨੇ ਹਾਜ਼ਰੀ ਭਰੀ, ਇੱਥੇ ਦਰਸ਼ਨ ਕੀਤੇ, ਸੋ ਜਿਨ੍ਹਾਂ ਦੇ ਵਿਚੋਲੇ
जो इन्हों के विचकार इस दर्शन करने का जो सेवा गुरु साहब ने बख्शी है, भाई रवेश सिंह खालसा जो पाकिस्तान सिख कौंसल के मुख्य सेवादार हैं, साड़ी सारे की अरदास गुरु साहब के चरणों गुरु साहब इन्हों चढ़ती अगला बख्शिश कर महान सेवा निभा रहे हैं। सो कह सतसंग जी, सब तो पहला जो भाई साहब के जत्थे सन्मान करेंगे, मैं नाल बेनती करता जावा कि जो विशेष तौर पर अनुकार के प्रोग्राम के स्पॉन्सर भाई नानक राम जनादरागी जत्था साढ़े अतिकारियों भाई साहब भाई सरबत सिंह जी, सिंह साहब जान सिंह जी, होर बहुत सारे गुरु प्रेमी इतने आए हैं, पहुंचे हैं, सब का कैद परिवार जी आखते हैं। सो मैं बेनती करा भाई निर्मल सिंह जी जिन्हों के रागी जत्थे कृपा करके स्टेज पर आना जरूर कर दी बख्श सरपा लैन। बेनती करा वीर जी राजवीर सिंह जी कृपा करके स्टेज पर आने, भाई जी मस्तान सिंह जी बेनती है कृपा करके स्टेज पर आने, गुरु घर के ग्रंथ सिंह भाई बलवंत सिंह जी बेनती है भी स्टेज पर आने, भाई तरन सिंह जी तिना बेनती है स्टेज पर आने, वीर जी मस्तान सिंह जी तिना बेनती है स्टेज पर आने की कृपालता करना, दे आए हुए उचे मेहमान अनुरागी सिंह सम्मान करें। जी पिक्चर निकालो अमेरिका भाई महेंद्रपाल सिंह जी पार्लियामेंट सकत्तर अगर मौजूद तो इन्होंने बेनती है बोले बोले सोने बेनती करा वीर जी रमेश जी को भी राज्य मुकर के बख्श सरपा लैन। बोले सोनिहार बेनती करा वीर जी राहुल कुमार जी को भी इनके नाल सेवा दे शामिल हैं, वो भी अज मुकर के बख्श सरपा लैन। भाई मनदीप सिंह जी वो इन्हों के नाल सेवा दे शामिल हैं, इन्हों ने बेनती है कि आके गुरु घर की बख्श लैन। भाई वरिंदर सिंह जी गुरु घर की कीर्तनी है, वो भी इन्होंने नाल सेवा शामिल हैं, वो भी आके गुरु घर की बख्श लैन। बेनती करा भाई नानक राम जी को भी आगे गुरु घर की बख्श लैन। भाई नानक राम जी नाल इन्हों के जो साथी हैं कोरोना वायरस इन्होंने बेनती है कि गुरु घर की बख्श लैन। पैसा बेनती है सरत सिंह जी कल जो सवेर का दीवान है उसके भाई विजेंद्र सिंह अनंतकार की खुशी मुख रखते हुए भाई दान सिंह परिवार वालों श्री शहजवाड़ की समाप्ति होएगी, उपरंत श्री साहब की अरनासी रस्म होएगी,
ਲਗਭਗ 7 ਵਜੇ ਸੁਭਾਈ ਨਿਦਾਨ ਸਿੰਘ ਦੇ ਪਰਿਵਾਰ ਵੱਲੋਂ ਬੇਨਤੀ ਹੈ ਆਪ ਸੰਤਾਂ ਦੇ ਚਰਨਾਂ ਵਿੱਚ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਭਾਈ ਨਿਰਮਲਜੀਤ ਸਿੰਘ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੱਲ੍ਹ ਰਾਤ ਜਰੌਣੀ ਦੀ ਰਸਮ ਹੈ ਜੋ ਪਿਸ਼ਾਵਰ ਵਿਖੇ ਭਾਈ ਅਵਤਾਰ ਸਿੰਘ ਜੀ ਅਵਾਜ ਗ੍ਰਹਿਣ ਕਰ ਗਏ ਸਨ। ਭਾਈ ਨਿਰਮਲਜੀਤ ਸਿੰਘ ਪਰਿਵਾਰ ਨੂੰ ਬੇਨਤੀ ਹੈ ਕੱਲ੍ਹ ਰਾਤ ਜਰੌਣੀ ਰਸਮ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਜੀ ਅਤੇ ਬੇਨਤੀ ਹੈ ਜੋ ਕੱਲ੍ਹ ਬੇਨਤੀ ਕੀਤੀ ਗਈ ਸੀ 4 ਤੋਂ ਲੈ ਕੇ 5 ਵਜੇ ਤੱਕ ਗੜੀ ਵਾਰ ਸਿੰਘ ਸਾਹਿਬ ਦੇ ਪਾਠ ਗੁਰਦੁਆਰਾ ਬਾਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਸਬੰਧ ਵਿੱਚ ਹੋਣਗੇ। ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿਖੇ ਵੱਧ ਤੋਂ ਵੱਧ ਸੰਗਤਾਂ ਹਾਜ਼ਰ ਕਰਕੇ ਆਪਣਾ ਜੀਵਨ ਸਫਲਾ ਕਰੋ। ਭਾਈ ਸਰਬੰਤ ਸਿੰਘ ਜੀ ਬੇਨਤੀ ਕਰਨ ਲੱਗ ਪਿਆ ਕਿ ਗੁਰਦੁਆਰਾ ਦੀ ਬਖਸ਼ਿਸ਼ ਸੁਰਪਾ ਲੈਣ ਭਾਈ ਸਰਬੰਤ ਸਿੰਘ ਜੀ ਸੈਨਿਕ ਬੇਨਤੀ ਪ੍ਰਵਾਨ ਕਰਨੀ ਆਪਣੀ ਉਪਲਕਸ਼ਤਾ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰਾ ਵਾਹਿਗੁਰੂ ਕਬ ਨਾਨਕ ਸਭ ਤੇਰੀ ਕੋਈ ਨਾਮ ਨ ਜਾਣੇ ਵਾਹਿਗੁਰੂ ਸਤਨਾਮ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਸਹਾਇ ਵਾਰ ਗੁਰੂ ਨਾਨਕ ਲਈ ਧਿਆਏ ਤਰੰਗ ਸਤਾਇਆ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਾਏ ਬਹਾਦਰ ਸਿਮਰਿਆ ਘਟਨਾ ਮਿਲਿਆ ਵੈ ਧਾਰੇ ਸਤਿ ਸਹਾਇ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਸਤਿ ਹੋਏ ਸਹਾਇਤ ਸੰਪਾਤਸ਼ਾਹ ਜੀ ਆਪ ਮਿਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਨਤਾਣਿਆਂ ਦੇ ਪ੍ਰਾਣ ਦੇ ਉੱਠਿਆਂ ਦੀ ਹੋੜ ਪੰਥਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਸ ਵੇਲੇ ਆਪ ਪਵਿੱਤਰ ਦੀਵਾਨ ਦੀ ਸਮਾਪਤੀ ਹੋਈ ਹੈ। ਸੋਲੇ ਸਾਹਿਬ ਦੀ ਬਾਣੀ ਪੜ੍ਹੀ ਬਖਸ਼ਿਤ ਬਾਣੀ ਪੜ੍ਹਨੀਆਂ ਸੇਵਾ ਕਰਦੀ ਹੋਈਆਂ ਸਮਤ ਬਖਸ਼ਣੀ ਸੋਤੇ ਸਵਜ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਮਰੱਥਾ ਬਾਲ ਗੁਰੂ ਦੀ ਬਖਸ਼ਿਸ਼ ਕਰਨ ਪੰਥਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰ ਆਪਣੇ ਪਵਿੱਤਰ ਸਫਲ ਸਥਾਨ ਤੇ ਵਿਰਾਜਮਾਨ ਹੋ ਸੰਤਾਂ ਪਿਛਿਆਂ ਕੋਲ ਸ਼ਬਦ ਦੇ ਸੰਕਾਂ ਖੁੱਲੇ ਦਰਸ਼ਨ ਦੇ ਖੁੱਲੇ ਭਾਵ ਕੀ ਲਈ ਬਖਸ਼ੀ ਮਾਸੀ ਜਰਾ ਜੀ ਜੀ ਨਾਮ ਮਿਲਿਆ ਆਪ ਦਾ ਨਾਮ ਸਤਿਕਾਰ ਸਤਿ ਨਾਮ ਨਾਮ ਚੜ੍ਹਦੀ ਕਲਾ ਤੇ ਮਾਈ ਬਾਣੀ ਸਦਾ ਦਾ ਚੋਰ ਸਦਾ ਗੁਰੂ ਜੀ ਕਾ ਖਾਲਸਾ ਸਤਿ ਗੁਰੂ
Phone note then. गुरु रुपयारी साध संघ जी, आज पंत महान कीर्तनीय पैसा भाई निर्मल सिंह जी नागपुरी जो तन तन साहब श्री गुरु नानक देव जी महाराज जी दे पावन पवित्र अस्थान गुरुद्वारा श्री जन्म स्थान श्री ननकाणा साहब विखे संगतान नु कीर्तन राही निहाल कीता। बहुत बहुत धन्यवाद भाई साहब जी उन्होंने।